ਮਕੈਨਿਕ ਦਾ ਕੋਈ ਫਾਲਟ ਨਹੀਂ, ਐਗਜ਼ੋਸਟ ਦਾ ਕੋਈ ਫਾਲਟ ਨਹੀਂ, ਕਿਸੇ ਇੰਜਨ ਡਿਜ਼ਾਈਨ ਜੋ ਓਲਡ ਟੈਕਨੋਲੋਜੀ ਚੱਲਦੀ ਆ ਰਹੀ ਹੈ ਉਹ ਫਾਲਟ ਹੈ ਇਹਦੇ 'ਚ ਮਕੈਨਿਕ ਦਾ ਕਿਸੇ ਦਾ ਕੋਈ ਇਹ 'ਚ ਇਕੱਲਾ ਬੁਲਟ ਨਹੀਂ, ਬੁਲਟ ਪਟਾਕਾ ਤਾਂ ਮਾਰਦਾ ਜਿਹੜਾ ਪਲੈਟਨਾ ਸਪਲੈਂਡਰ ਨੇ ਸਾਰੇ ਮਾਰਦੇ ਆ, ਕਿਉਂ ਉਹਦਾ ਪਿਸ਼ਨ ਛੋਟਾ ਹੁੰਦਾ, ਉਹ 'ਚ ਪੈਟਰੋਲ ਦੀ ਕੁਆਂਟਿਟੀ ਘੱਟ ਇਕੱਠੀ ਹੁੰਦੀ ਹੈ, ਬੁਲਟ ਦਾ ਬੋਰ ਸਾਈਜ਼ ਵੱਡਾ ਹੁੰਦਾ, ਉਹ 'ਚ ਕੁਆਂਟਿਟੀ ਵੱਧ ਇਕੱਠੀ ਹੁੰਦੀ, ਉਹ ਤਾਂ ਬਲਾਸਟ ਵੱਡਾ ਹੁੰਦਾ। ਸੁਪਰੀਮ ਕੋਰਟ ਦੇ ਔਰਡਰ 'ਚ ਹੈਗੇ 80 ਡੈਸੀਬਲ ਤੋਂ ਉੱਪਰ ਜਿਹੜਾ ਹੋਊਗਾ ਉਹਦਾ ਚਲਾਨ ਹੋਊਗਾ, ਠੀਕ ਹੈ। ਇਹ 80 ਡੈਸੀਬਲ ਕੋਈ ਨਹੀਂ ਦੇਖਦਾ, ਕੁਛ ਨਹੀਂ ਦੇਖਦਾ, ਸਿਰਫ ਦੇਖਦਾ ਕਿ ਸੈਂਸਰ ਆਫਟਰ ਮਾਰਕੀਟ ਲੱਗਿਆ ਚਲਾਨ ਕਰ ਦਿਓ। ਜਦੋਂ ਕੀ ਹੁੰਦਾ, ਜਦੋਂ ਆਪਾਂ ਉੱਪਰ ਸਵਿੱਚ ਲੱਗਿਆ, ਉਹਨੂੰ ਕਹਿੰਦੇ ਕਿਲ ਸਵਿੱਚ, ਰੈਡ ਕਲਰ ਦਾ ਸਵਿੱਚ ਲੱਗਿਆ ਹੁੰਦਾ ਬੁਲਟ ਦੇ ਉੱਪਰ, ਉਹਨੂੰ ਬੰਦ ਕਰ ਦਿੰਦੇ ਆ, ਕਰੰਟ ਆਉਣਾ ਬੰਦ ਹੋ ਜਾਂਦਾ, ਬਟ ਇੰਜਨ ਕੰਟੀਨਿਊਟੀ ਘੁੰਮਦਾ ਰਹਿੰਦਾ ਅਤੇ ਜਿਹੜਾ ਇੱਥੇ ਪੈਟਰੋਲ ਹੈ ਇਕੱਠਾ ਹੋਈ ਜਾ ਰਿਹਾ। ਜਦੋਂ 10-15 ਸਟੋਕ ਇਕੱਠੇ ਹੋ ਗਏ ਤਾਂ ਪੈਟਰੋਲ ਇਕੱਠਾ ਜ਼ਿਆਦਾ ਹੋ ਗਿਆ, ਜਿਵੇਂ ਸਪਾਰਕ ਔਨ ਕਰਨਾ ਉਹਦਾ ਬਲਾਸਟ ਹੋਣਾ, ਇੱਥੇ ਜਿਹੜਾ ਉਹਦਾ ਬਲਾਸਟ ਆਊਟਰ ਵਾਲ ਤੋਂ ਸੈਂਸਰ ਦੇ ਥਰੂ ਬਾਹਰ ਨਿਕਲਣਾ, ਜਦੋਂ ਬਾਹਰ ਨਿਕਲਣਾ ਉਹ ਬਲਾਸਟ ਹੁੰਦਾ, ਉਹਨੂੰ ਉਹ ਪਟਾਕਾ ਕਹਿ ਦਿੰਦੇ ਆ। ਬੁਲਟ ਦੇ ਪਟਾਕਿਆਂ ਨੂੰ ਲੈ ਕੇ ਲਗਾਤਾਰ ਜਿੱਥੇ ਸਰਕਾਰ ਦੇ ਵੱਲੋਂ ਕਦਮ ਵੀ ਚੁੱਕੇ ਜਾਂਦੇ ਆ ਅਤੇ ਪੁਲਿਸ ਵੀ ਲਗਾਤਾਰ ਸਖ਼ਤ ਹੁੰਦੀ ਆ, ਉੱਥੇ ਹੀ ਹੁਣ ਬੁਲਟ ਦੇ ਪਟਾਕਿਆਂ ਤੋਂ ਬਿਨਾਂ ਮਕੈਨਿਕਾਂ 'ਤੇ ਵੀ ਕਾਰਵਾਈ ਹੋਣੀ ਸ਼ੁਰੂ ਹੋ ਗਈ ਹੈ। ਜੇਕਰ ਕੋਈ ਮਕੈਨਿਕ ਉਸ ਸਲੈਂਸਰ ਨੂੰ ਲਗਾਉਂਦਾ ਹੈ ਉਹਨਾਂ 'ਤੇ ਵੀ ਹੁਣ ਜਿਹੜੀ ਮੋਟਰ ਵਹੀਕਲ ਐਕਟ ਦੇ ਤਹਿਤ ਕਾਰਵਾਈ ਕਰਨ ਦੇ ਜਿਹੜੇ ਇੱਕ ਹੁਕਮ ਸੁਣਾ ਦਿੱਤੇ ਗਏ ਸੀ, ਪਰ ਉੱਥੇ ਹੀ ਮਕੈਨਿਕ ਤੋਂ ਬਹੁਤ ਦੁਖੀ ਨੇ। ਤਾਂ ਉਸ ਦੇ ਨਾਲ ਹੀ ਅਸੀਂ ਟੈਕਨੀਕਲੀ ਵੀ ਸਮਝਾਂਗੇ ਕਿ ਕਿਸ ਤਰ੍ਹਾਂ ਇਹ ਪੂਰੀ ਪ੍ਰਕਿਰਿਆ ਹੁੰਦੀ ਹੈ, ਕਿ ਸਲੈਂਸਰ ਬਦਲਣਾ ਪਟਾਕੇ ਪੈਂਦੇ ਆ ਜਾਂ ਪਹਿਲਾਂ ਤੋਂ ਪੈਂਦੇ ਆ। ਸਾਡੇ ਨਾਲ ਸਰ ਮੌਜੂਦ ਆ, ਗੱਲਬਾਤ ਕਰਦੇ ਆ। ਸਰ ਪੂਰੀ ਕੀ ਪ੍ਰਕਿਰਿਆ ਹੁੰਦੀ ਹੈ, ਕਿਉਂ ਹੁਣ ਤੁਹਾਨੂੰ ਵੀ ਲਪੇਟੇ ਵਿੱਚ ਲਿਆ ਜਾ ਰਿਹਾ ਇਸ ਦੇ? ਲਪੇਟੇ ਵਿੱਚ ਸਾਰੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਕਾਰਨ ਇਹ ਹੈਗਾ ਕਿ ਇੱਕ ਟੈਕਨੀਕਲ ਦੋ, ਇੱਕ ਹੁੰਦਾ ਕਾਰਬੋਰੇਟਰ ਵਾਲਾ, ਇੱਕ ਹੁੰਦਾ BS6 ਇੰਜੈਕਟਰ ਵਾਲਾ, ਠੀਕ ਹੈ ਜੀ। ਜਿਹੜਾ ਕਾਰਬੋਰੇਟਰ ਵਾਲਾ ਉਹਨੇ ਪਟਾਕਾ ਮਾਰਨਾ ਹੀ ਮਾਰਨਾ, ਉਹਦੀ ਟੈਕਨੀਕ ਅਸੀਂ ਸਾਰੀ ਮੈਂਸ਼ਨ ਇੱਥੇ ਗ੍ਰਾਫ ਕੀਤਾ ਹੋਇਆ, ਤੁਸੀਂ ਦੇਖੋਗੇ ਇਹਦੇ ਵਿੱਚ ਕੀ ਹੈਗਾ ਕਿ ਇਨਲੈਟ ਵਾਲ, ਇੱਕ ਹੁੰਦਾ ਇਨਲੈਟ, ਇੱਕ ਹੁੰਦਾ ਆਊਟਲੈਟ ਵਾਲ। ਇਨਲੈਟ ਵਾਲ ਕਾਰਬੋਰੇਟਰ ਤੋਂ ਪਿਸਟਨ ਪੈਟਰੋਲ ਸੱਕ ਕਰਦਾ, ਉਹ 'ਚ ਪੈਟਰੋਲ ਇਕੱਠਾ ਹੁੰਦਾ, ਸਪਾਰਕ ਪਲੱਗ ਸਪਾਰਕ ਕਰਕੇ ਬਲਾਸਟ ਹੁੰਦਾ ਅਤੇ ਪਿਸਟਨ ਇੰਜਨ ਸਟਾਰਟ ਹੁੰਦਾ, ਠੀਕ ਹੈ। ਜਦੋਂ ਕੀ ਹੁੰਦਾ, ਜਦੋਂ ਆਪਾਂ ਉੱਪਰ ਸਵਿੱਚ ਲੱਗਿਆ, ਉਹਨੂੰ ਕਹਿੰਦੇ ਕਿਲ ਸਵਿੱਚ, ਰੈਡ ਕਲਰ ਦਾ ਸਵਿੱਚ ਲੱਗਿਆ ਹੁੰਦਾ ਬੁਲਟ ਦੇ ਉੱਪਰ, ਉਹਨੂੰ ਬੰਦ ਕਰ ਦਿੰਦੇ ਆ, ਕਰੰਟ ਆਉਣਾ ਬੰਦ ਹੋ ਜਾਂਦਾ, ਬਟ ਇੰਜਨ ਕੰਟੀਨਿਊਟੀ ਘੁੰਮਦਾ ਰਹਿੰਦਾ ਅਤੇ ਜਿਹੜਾ ਇੱਥੇ ਪੈਟਰੋਲ ਹੈ ਇਕੱਠਾ ਹੋਈ ਜਾ ਰਿਹਾ। ਜਦੋਂ 10-15 ਸਟੋਕ ਇਕੱਠੇ ਹੋ ਗਏ ਤਾਂ ਪੈਟਰੋਲ ਇਕੱਠਾ ਜ਼ਿਆਦਾ ਹੋ ਗਿਆ, ਜਿਵੇਂ ਸਪਾਰਕ ਔਨ ਕਰਨਾ ਉਹਦਾ ਬਲਾਸਟ ਹੋਣਾ, ਇੱਥੇ ਜਿਹੜਾ ਉਹਦਾ ਬਲਾਸਟ ਆਊਟਰ ਵਾਲ ਤੋਂ ਸੈਂਸਰ ਦੇ ਥਰੂ ਬਾਹਰ ਨਿਕਲਣਾ, ਜਦੋਂ ਬਾਹਰ ਨਿਕਲਣਾ ਉਹ ਬਲਾਸਟ ਹੁੰਦਾ, ਉਹਨੂੰ ਉਹ ਪਟਾਕਾ ਕਹਿ ਦਿੰਦੇ ਆ। ਇੰਜਨ ਡਿਜ਼ਾਈਨ, ਬਟ ਜਿਹੜਾ ਹੈਗਾ BS6 ਦੇ ਵਿੱਚ ਇੰਜੈਕਟਰ ਹੈਗਾ, ਇੰਜੈਕਟਰ ਦੇ ਜਦੋਂ ਸਵਿੱਚ ਕੱਟਦੇ ਆ ਤਾਂ ਪੈਟਰੋਲ ਵੀ ਬੰਦ ਹੋ ਜਾਂਦਾ, ਉਹਦੇ 'ਚ ਪਟਾਕਾ ਨਹੀਂ ਮਾਰਦਾ। ਇਹਦੇ ਵਿੱਚ ਮਕੈਨਿਕ ਦਾ ਕੋਈ ਫਾਲਟ ਨਹੀਂ, ਐਗਜ਼ੋਸਟ ਦਾ ਕੋਈ ਫਾਲਟ ਨਹੀਂ, ਕਿਸੇ ਇੰਜਨ ਡਿਜ਼ਾਈਨ ਜੋ ਓਲਡ ਟੈਕਨੋਲੋਜੀ ਚੱਲਦੀ ਆ ਰਹੀ ਹੈ ਉਹ ਫਾਲਟ ਹੈ। ਇਹਦੇ 'ਚ ਮਕੈਨਿਕ ਦਾ ਕਿਸੇ ਦਾ ਕੋਈ ਇਹ 'ਚ ਇਕੱਲਾ ਬੁਲਟ ਨਹੀਂ, ਬੁਲਟ ਪਟਾਕਾ ਤਾਂ ਮਾਰਦਾ ਜਿਹੜਾ ਪਲੈਟਨਾ ਸਪਲੈਂਡਰ ਨੇ ਸਾਰੇ ਮਾਰਦੇ ਆ, ਕਿਉਂ ਉਹਦਾ ਪਿਸ਼ਨ ਛੋਟਾ ਹੁੰਦਾ, ਉਹ 'ਚ ਪੈਟਰੋਲ ਦੀ ਕੁਆਂਟਿਟੀ ਘੱਟ ਇਕੱਠੀ ਹੁੰਦੀ ਹੈ। ਬੁਲਟ ਦਾ ਬੋਰ ਸਾਈਜ਼ ਵੱਡਾ ਹੁੰਦਾ, ਉਹ 'ਚ ਕੁਆਂਟਿਟੀ ਵੱਧ ਇਕੱਠੀ ਹੁੰਦੀ, ਉਹ ਤਾਂ ਬਲਾਸਟ ਵੱਡਾ ਹੁੰਦਾ, ਉਹਨੂੰ ਕਹਿੰਦੇ ਪਟਾਕਾ ਵੱਜ ਗਿਆ। ਮੇਨ ਦਿੱਕਤ ਗੱਲ ਇੱਥੇ ਕਰ ਮੋਡੀਫਾਈ ਦੀ, ਜਿਵੇਂ ਗੱਲ ਕੀਤੀ ਜਾਂਦੀ ਕਿ ਮੋਡੀਫਾਈ ਕਰਨ ਤੋਂ ਬਾਅਦ ਹੀ ਜ਼ਿਆਦਾ ਆਵਾਜ਼ ਕਰਦੇ ਆ, ਇਹਦਾ ਕੋਈ ਇਸ ਨਾਲ ਰਿਲੇਟ ਕਰਦੇ? ਹਾਂ ਕਰਦੇ ਆ, ਰਿਲੇਟ ਕਰਦੇ ਆ, ਸਭ ਕੁਝ ਕਰਦੇ ਆ, ਬਟ ਪਟਾਕਾ ਤਾਂ ਉਹ ਜੈਨੂਅਨ ਸੈਂਸਰ ਵੀ ਮਾਰਦਾ ਨਾ, ਗੱਲ ਪਟਾਕੇ ਦੀ ਹੋ ਰਹੀ ਹੈ, ਆਵਾਜ਼ ਘੱਟ ਵੱਧ ਦੀ ਗੱਲ, ਉਹ ਇੱਕ ਸੈਕੰਡਰੀ ਪਾਰਟ, ਪ੍ਰਾਇਮਰੀ ਪਾਰਟ ਪਟਾਕੇ ਦੀ ਹੋ ਰਹੀ ਹੈ, ਪਟਾਕਾ ਤਾਂ ਇੰਜਨ ਮਾਰ ਰਿਹਾ, ਸੈਕੰਡਰੀ ਪਾਰਟ ਬਾਅਦ ਦੀ ਗੱਲ ਆਉਂਦੀ। ਉਹ ਤੇ ਉਹਦੇ ਵਿੱਚ ਕੀ ਹੈਗਾ ਕਿ ਸੁਪਰੀਮ ਕੋਰਟ ਜਿਹੜਾ ਉਹ ਕਹਿੰਦਾ ਕਿ 80 ਡੈਸੀਬਲ, ਮਤਲਬ ਇੱਕ ਆਪਾਂ ਆਪਾਂ ਚੀਜ਼ ਨਾਪਣੀ ਹੈ, ਉਹਨੂੰ ਆਪਾਂ ਨਾਪਦੇ ਹਾਂ MM ਦੇ ਵਿੱਚ, ਠੀਕ ਹੈ। ਇੱਕ ਆਪਾਂ ਵੇਟ ਆ, ਉਹ ਵੇਟ ਨਾਪਦੇ ਹਾਂ ਕਿਲੋਗ੍ਰਾਮ ਦੇ ਵਿੱਚ, ਜਿਵੇਂ ਇੱਕ ਆਵਾਜ਼ ਆ ਉਹਨੂੰ ਨਾਪਦੇ ਡੈਸੀਬਲ ਦੇ ਵਿੱਚ, ਵੀ ਕਿੰਨੇ ਡੈਸੀਬਲ ਆਵਾਜ਼ ਦੀ ਕੁਆਂਟਿਟੀ, ਮਤਲਬ ਕਿੱਦਾਂ ਕਿੰਨੇ ਹੈਗਾ। ਸੁਪਰੀਮ ਕੋਰਟ ਦੇ ਔਰਡਰ 'ਚ ਹੈਗੇ 80 ਡੈਸੀਬਲ ਤੋਂ ਉੱਪਰ ਜਿਹੜਾ ਹੋਊਗਾ ਉਹਦਾ ਚਲਾਨ ਹੋਊਗਾ, ਠੀਕ ਹੈ। ਇਹ 80 ਡੈਸੀਬਲ ਕੋਈ ਨਹੀਂ ਦੇਖਦਾ, ਕੁਛ ਨਹੀਂ ਦੇਖਦਾ, ਸਿਰਫ ਦੇਖਦਾ ਕਿ ਸੈਂਸਰ ਆਫਟਰ ਮਾਰਕੀਟ ਲੱਗਿਆ ਚਲਾਨ ਕਰ ਦਿਓ, ਠੀਕ ਹੈ। ਸਾਡੀ ਮੰਗ ਸਿਰਫ ਇੱਕ ਇਹੀ ਹੈ ਕਿ
ਜਿਵੇਂ ਇੱਕ ਸ਼ਰਾਬ ਟੈਸਟ ਕਰਨ ਲਈ ਆਪਾਂ ਮੀਟਰ ਲਗਾਉਂਦੇ ਹਾਂ ਵੀ ਇੰਨੀ ਸ਼ਰਾਬ ਪੀਤੀ ਹੋਈ ਹੈ, ਚਲਾਨ ਕੱਟ ਦਿੰਦੇ ਆ, ਇੱਕ ਡੈਸੀਬਲ ਮੀਟਰ ਮਿਲਦੇ, ਆਮ ਮਿਲਦੇ ਵੀ ਸਰਕਾਰ ਚਾਹੇ ਹਰ ਜਿੱਥੇ ਨਾਕੇ ਉੱਤੇ ਡੈਸੀਬਲ ਮੀਟਰ ਪ੍ਰੋਵਾਈਡ ਕਰਾਵੇ, ਚੈੱਕ ਕਰੋ ਜਿਹਦਾ ਸੰਸਰਗ ਜੋਸ਼ 80 ਡੈਸੀਬਲ ਤੋਂ ਉੱਪਰ ਹੈਗਾ ਉਹਦਾ ਚਲਾਨ ਕੱਟ ਦੇ, ਜਿਹਦਾ ਘੱਟ ਹੈਗਾ ਉਹਨੂੰ ਛੱਡ ਦੇ। ਬਟ ਆਪਾਂ ਹਰੇਕ ਨੂੰ ਹੀ ਹਰਾਸ ਕਰ ਰਹੇ ਹਾਂ, ਅਸੀਂ ਸਰਕਾਰ ਤੋਂ ਬਾਹਰ ਨਹੀਂ, ਸਰਕਾਰ ਦੇ ਹੁਕਮ ਦੇ ਅੰਦਰ ਚੱਲਣ ਨੂੰ ਤਿਆਰ ਹਾਂ। ਜੋ ਸਰਕਾਰ ਨੇ ਕਿਹਾ 80 ਡੈਸੀਬਲ ਅਸੀਂ ਉਹਦੇ ਅੰਦਰ ਹੀ ਚੱਲਾਂਗੇ, ਸਭ ਕੁਝ ਚੱਲਾਂਗੇ, ਅਸੀਂ ਕਿਸੇ ਤੋਂ ਬਾਹਰ ਨਹੀਂ। ਬਟ ਉਹ ਆਪਾਂ ਹਰ ਨੂੰ ਧੱਕਾ ਕਰੀ ਜਾ ਰਿਹਾ ਕਿ ਉਹਦੇ 'ਚ ਕੀ ਹੈਗਾ ਕਿ ਇੱਕ ਐਗਜੋਸਟ ਕੰਪਨੀ ਦੇ ਵਿੱਚ 2 ਸਾਲ ਪਾਇਆ ਉਹ ਗਲ ਗਿਆ, ਕੰਪਨੀ ਦੇ ਵਿੱਚ 6,607 ਰੁਪਏ ਦਾ ਸੇਮ ਉਹਦੇ ਨਾਲ ਦਾ ਐਗਜੋਸਟ ਸਾਨੂੰ ਬਾਹਰ ਮਿਲ ਰਿਹਾ 2,000 ਰੁਪਏ ਦਾ। ਬਟ ਉਹ ਵੀ ਨਹੀਂ ਮੰਨਦੇ ਵੀ ਇਹ ਨਹੀਂ ਪਾਉਣਾ, ਉਹਦਾ ਕੀ ਕਾਰਨ? ਹੁਣ ਕਾਰਸ ਦੇ ਵਿੱਚ ਸੰਸਰ ਰੋਜ਼ ਬਦਲਦੇ ਆ, ਉਹ ਵੀ ਚੈੱਕ ਕਰਨ, ਉਹਦੇ ਸੰਸਰ ਬਦਲੇ ਜਾਂਦੇ ਆ, ਉਹਦੇ ਚਲਾਨ ਕਰਨ, ਪਰ ਬੁਲਟ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ? ਅਸੀਂ ਸਰਕਾਰ ਦੇ ਨਾਲ ਆ, ਸਰਕਾਰ ਤੋਂ ਬਾਹਰ ਨਹੀਂ, ਪਰ ਸਾਡੇ ਨਾਲ ਵੀ ਥੋੜ੍ਹਾ ਕਰੋ ਨਾ, ਕੋਪਰੋਵੇ। 2 ਸਾਲ ਪਹਿਲਾਂ ਜਿਸ ਤਰ੍ਹਾਂ ਕਿਹਾ ਜਾਂਦਾ ਕਿ 2 ਸਾਲ ਪਹਿਲਾਂ ਤੁਹਾਡੇ ਵੱਲੋਂ ਕਿਹਾ ਗਿਆ ਕਿ ਉਦੋਂ ਤਾਂ ਇੱਦਾਂ ਦੇ ਹੀ ਸਲੈਂਸਰ ਆਉਂਦੇ ਸੀ ਕਿ ਜੋ ਆਟੋਮੈਟਿਕ ਇਹ ਪਟਾਕੇ ਪੈਂਦੇ ਸੀ। ਨਹੀਂ, 2020 ਮਾਰਚ ਤੋਂ ਬਾਅਦ BS-6 ਆਇਆ, ਉਸ ਤੋਂ ਬਾਅਦ ਪਟਾਕਿਆਂ ਦੇ ਬੰਦ ਹੋਏ, ਡਿਜ਼ਾਈਨ ਚੇਂਜ ਹੋ ਗਿਆ ਨਾ, ਕਰੰਟ ਇੰਜੈਕਟਰ ਲਾ ਕੇ ਕਾਰਬੇਟਰ ਖਤਮ ਹੋ ਗਿਆ। ਉਸ ਤੋਂ ਪਹਿਲੇ ਜਿਹੜਾ BS-6 ਦਾ ਜੋ ਆਪਾਂ BS-4 ਦੇ ਬੁਲਟ ਓਲਡ ਮਾਡਲ ਚਲਾਵਾਂਗੇ ਉਹ ਵੀ ਪਟਾਕਾ ਮਾਰੇਗਾ, ਅਤੇ BS-4 ਦਾ BS-6 ਚਲਾਵਾਂਗੇ ਪਟਾਕਾ ਨਹੀਂ ਮਾਰੇਗਾ ਇੰਜਨ ਕਰਕੇ। ਐਗਜੋਸਟ ਦਾ ਇਹਦੇ ਵਿੱਚ ਕੋਈ ਫਾਲਟ ਨਹੀਂ, ਕੋਈ ਕੁਛ ਨਹੀਂ। ਬਸ ਇੱਕੋ ਗੱਲ ਕਹਿਣਾ ਚਾਹ ਰਿਹਾ ਕਿ ਸਰਕਾਰ ਅਵੇਅਰ ਹੋਵੇ, ਜਿਹੜੇ ਪੁਲਿਸ ਨੇ ਉਹ ਦੇਖਣ ਵੀ ਸੱਚ ਨੂੰ ਸੱਚ ਕਹਿਣ, ਵੀ ਅਵੇਅਰਨੈਸ ਦੀ ਲੋੜ ਹੈ, ਕੁਛ ਨਹੀਂ ਹੈਗਾ ਵੀ ਤੁਸੀਂ ਗਲਤ, ਮਤਲਬ ਜਿਹੜਾ ਆਪਣਾ ਟਰੈਕ ਸਹੀ ਦੇਖੋ ਵੀ ਕੀ, ਅਸੀਂ ਕਹਿੰਦੇ ਸਹੀ ਨੂੰ ਸਹੀ ਕਹੋ, ਗਲਤ ਨੂੰ ਗਲਤ ਕਹੋ, ਪਰ ਸਮਝੋ। ਮਕੈਨਿਕਾਂ ਦੇ ਉੱਤੇ ਕਾਰਵਾਈ ਕਰਨਾ ਕਿੰਨਾ ਕੁ ਸਹੀ ਆ, ਕਿਉਂਕਿ ਕੋਈ ਵੀ ਵਿਅਕਤੀ ਜੇਕਰ ਆਉਂਦਾ ਹੈ? ਮਕੈਨਿਕ ਦੇ ਉੱਤੇ ਕਾਰਵਾਈ ਦੀ ਗੱਲ ਇਹ ਹੈਗੀ ਹੈ ਕਿ ਜਦੋਂ ਮਕੈਨਿਕ ਇੱਕ ਉਹ ਕਹਿੰਦੇ ਆ ਕਿ ਐਗਜੋਸ ਸੈਂਸਰ ਲੈ ਲਿਆ ਕਿਸੇ ਨੇ, ਐਮਾਜ਼ੋਨ ਤੋਂ ਮੰਗਾਇਆ, ਫਲਿੱਪਕਾਰਟ ਤੋਂ, ਉਹਨੇ ਹਰੇਕ ਸਾਈਟ ਤੋਂ ਮਿਲਦਾ, ਉਹ ਕਹਿੰਦਾ ਮੰਗਾਇਆ, ਇਹਨੇ ਫਿੱਟ ਕੀਤਾ, ਜਿਹਨੇ ਫਿੱਟ ਕੀਤਾ ਉਹ ਮਰਦਾ, ਸਮਝਦੇ ਹੋ? ਉਹ ਕਿਉਂ, ਉਹ ਤਾਂ ਬੰਦਾ ਘਰ ਵੀ ਆਪਣੀ ਕੋਈ ਵੀ ਸਪੈਨਰ ਲੈ ਕੇ ਚੇਂਜ ਕਰਕੇ ਘਰ ਚੇਂਜ ਕਰ ਸਕਦਾ। ਉਹ ਕਹਿੰਦੇ ਇਹਨਾਂ ਇਹੀ ਚੇਂਜ ਕਰਦੇ, ਇਹਨਾਂ ਨੂੰ ਪਕੜੋ। ਹੁਣ ਉਹਦਾ ਕੀ, ਮਕੈਨਿਕ ਦਾ ਕੀ ਕਸੂਰ ਹੈ? ਇੱਕ ਮਕੈਨਿਕ ਚੇਂਜ ਕਰਦਾ ਆਪਣੀ ਸਿਰਫ ਲੇਬਰ ਲੈ ਰਿਹਾ, 50-100 ਰੁਪਏ ਜਿੰਨੀ ਲੇਬਰ ਲੈ ਰਿਹਾ, ਉਹਦੇ 'ਤੇ ਕਰ ਰਹੇ ਪਰਚਾ ਕਿਉਂ? ਬਟ ਅਸੀਂ ਪੁੱਛਣਾ ਚਾਹ ਰਹੇ ਹਾਂ ਕਿਉਂ? ਅਸੀਂ ਇਹਦੇ ਲਈ ਸਾਰੀ ਚੈੱਕ ਕਰਕੇ ਹਾਈ ਕੋਰਟ 'ਚ ਅਸੀਂ ਕੇਸ ਲਗਾ ਦਿੱਤਾ, ਹੁਣ ਅਸੀਂ ਪੁਲਿਸ ਤੋਂ ਜਵਾਬ ਮੰਗਿਆ ਵੀ ਸਾਨੂੰ ਜਵਾਬ ਦਿਓ ਇਸ ਚੀਜ਼ ਦਾ, ਵੀ ਸਾਡੇ 'ਤੇ ਪਰਚਾ ਕਿਉਂ? ਅਸੀਂ ਉਹਨੂੰ ਪੁੱਛਿਆ ਵੀ ਸਾਡੇ 'ਤੇ ਪਰਚਾ ਕਿਉਂ? ਸਾਡੇ ਨਾਲ ਮਕੈਨਿਕ ਵੀ ਮੌਜੂਦ ਹੈ ਜਿਨ੍ਹਾਂ ਨਾਲ ਇਹ ਚੀਜ਼ਾਂ ਹੋਈਆਂ ਨੇ। ਸਰ, ਅਸਲ ਦੇ ਵਿੱਚ ਕੀ ਚੀਜ਼ਾਂ ਹੋਈਆਂ ਸੀਗੀਆਂ ਜਿਸ ਕਰਕੇ ਇੱਥੋਂ ਤੱਕ ਪਹੁੰਚਣਾ ਪਿਆ? ਮੈਡਮ, ਐਮਾਜ਼ੋਨ ਤੋਂ ਲੜਕੇ ਨੇ ਮੰਗਾਇਆ ਸੀ ਸਲੈਂਸਰ, ਠੀਕ ਹੈ ਜੀ, ਅਤੇ ਲੜਕੇ ਕੋਲ ਫਿਟਿੰਗ ਕਰਾ ਰਿਹਾ ਸੀ ਸ਼ੋਪ 'ਤੇ, ਅਤੇ ਉਸ ਤੋਂ ਬਾਅਦ ਮੇਰੇ 'ਤੇ ਪਰਚਾ ਹੋ ਗਿਆ। 3 ਸਾਲ ਮੈਂ ਬਹੁਤ ਖੱਜਲ ਖੁਆਰ ਰਿਹਾ ਵਾਂ ਕੋਰਟ ਦੇ ਵਿੱਚ, ਅਤੇ ਫਿਰ ਵੀ ਮੈਨੂੰ, ਮੈਂ ਬਰੀ ਥੋੜ੍ਹੀ ਹੋਇਆ, ਫਾਈਨ ਹੋਇਆ ਵਾ। ਅਸੀਂ ਸਰਕਾਰ ਦੇ ਨਾਲ, ਮੈਂ ਨਾ ਫਿੱਟ ਕਰਦਾ, ਉਹਨੇ ਘਰ ਫਿੱਟ ਕਰ ਲੈਣਾ ਸੀ, ਸਪੈਨਰ 'ਤੇ ਮਿਲਦੇ ਆ ਸਭ ਜਗ੍ਹਾ, ਅਤੇ ਬਸ ਪਰੇਸ਼ਾਨੀ ਬਹੁਤ ਰਹੀ ਹੈ ਜੀ। ਇਸ ਤੋਂ ਬਾਅਦ ਜਿਸ ਤਰ੍ਹਾਂ ਉਹਦਾ ਜਦੋਂ ਬੁਲਟ ਵਾਉਂਡ ਕੀਤਾ ਉਸਦੇ ਨਾਲ ਹੀ ਤੁਹਾਡੇ 'ਤੇ ਪਰਚਾ ਹੋਇਆ ਜਾਂ ਕੀ ਕਾਰਨ ਰਹੀ ਸੀ ਪਰਚਾ ਜੀ? ਪਰਚੇ ਦੀ ਕਾਪੀ ਨਾਲ ਹੀ, ਬੁਲਟ ਦਾ ਨੰਬਰ ਵੀ ਨਾਲ ਹੀ ਲੱਗਾ ਹੋਇਆ ਵਾ, ਅਤੇ ਬਸ ਉਹਨੇ ਮੰਗਾਇਆ ਐਮਾਜ਼ੋਨ ਤੋਂ ਸੀ, ਅਸੀਂ ਵੇਚਿਆ ਨਹੀਂ, ਅਸੀਂ ਕੁਛ ਨਹੀਂ ਕੀਤਾ, ਬਸ ਜਿੱਦਾਂ ਜਸਟ ਕੰਮ ਕਰਾਉਣ ਦੇ ਬੱਚੇ ਬਾਹਰ ਕੰਮ ਕਰਦੇ ਆ ਸ਼ੋਪ 'ਤੇ, ਹੈ ਨਾ ਜੀ, ਅਤੇ ਸਾਡੀ ਇਹੋ ਹੀ ਗੁਜ਼ਾਰਿਸ਼ ਆ ਸਰਕਾਰ ਅੱਗੇ ਕਿ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਜੀ। ਤਾਂ ਇਸ ਤਰ੍ਹਾਂ ਹੀ ਚੱਲਦਾ ਰਿਹਾ, ਤਾਂ ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਹਰ ਕੋਈ ਬੁਲਟ ਨੂੰ ਇੱਕ ਮਾਨ ਦੇ ਤੌਰ 'ਤੇ ਵਰਤਦਾ, ਤਾਂ ਫਿਰ ਤਾਂ ਲੋਕਾਂ ਨੇ ਵਰਤਣਾ ਹੀ ਬੰਦ ਕਰ ਦੇਣਾ। ਮੈਡਮ, ਸੇਲ ਦਾ ਸੇਲ ਪਹਿਲੀ ਘੱਟ ਚੁੱਕੀ ਹੈ, ਰੋਇਲ ਐਨਫੀਲਡ ਦੀ ਸੇਲ, ਦੇਖੋ ਦੋ ਚੀਜ਼ਾਂ ਨੇ, ਪਹਿਲੇ ਤਾਂ ਬੱਚੇ ਸਾਰੇ ਬਾਹਰ ਜਾ ਰਹੇ ਆ ਜਿਹਨੇ ਬੁਲਟ ਲੈਣਾ, ਜਿਹਨੇ ਖਰੀਦਣਾ ਉਹਦੀ ਸੇਲ ਇਫੈਕਟ ਬਾਰੇ ਉਹ ਵੀ ਨਹੀਂ ਲੈ ਰਹੇ। ਅਤੇ ਉੱਤੋਂ ਜੇ ਇੱਕ ਚੀਜ਼ ਦੇਖੋ ਵੀ ਇੱਕ ਪੰਜਾਬ 'ਚ ਨੀਅਰ ਅਬਾਊਟ 2000 ਦੇ ਕਰੀਬ ਮਕੈਨਿਕ ਕੰਮ ਕਰ ਰਿਹਾ, ਠੀਕ ਹੈ, ਉਹ ਮਕੈਨਿਕ ਦੇ ਨਾਲ ਹਰੇਕ ਕੋਲ 5 ਜਾਂ 6 ਮਿਨੀਮਮ ਵਰਕਰ ਕੰਮ ਕਰ ਰਿਹਾ, ਇੱਕ ਵਰਕਰ ਦੇ ਨਾਲ 4-5 ਪਰਿਵਾਰ ਜੁੜੇ ਹੋ ਰਹੇ ਆ। ਇੱਕ ਚੀਜ਼ ਸੋਚ ਕਰੋ ਵੀ ਇੱਕ ਜੇ ਮਕੈਨਿਕ ਕੋਲ ਹੈਗਾ ਉਹਦੇ ਨਾਲ ਘੱਟੋ ਘੱਟ 2000 ਦੇ ਨਾਲ ਨੂੰ 20 ਨਾ ਗੁਣਾ ਕਰ ਲਓ, 20 ਬੰਦੇ ਰੋਟੀ ਖਾ ਰਹੇ ਆ,
ਇਹ ਸਾਰਿਆਂ 'ਤੇ ਕਿੱਡਾ ਵੱਡਾ ਇਫੈਕਟ ਪੈ ਰਿਹਾ, ਰੋਜ਼ਗਾਰ ਦੇ ਰਿਹਾ, ਸਭ ਕੁਝ ਦੇ ਰਿਹਾ, ਬਟ ਉਹ ਇਫੈਕਟ ਕਿਤੇ ਨਾ ਕਿਤੇ ਦਿਖ ਰਿਹਾ। ਹੁਣ ਦੇਖੋ ਉੱਠ ਕੇ ਸਾਰੇ ਤਾਂ ਆ ਰਹੇ ਆ ਵੀ ਸਾਰਿਆਂ ਨੂੰ ਕਿਸੇ ਨਾ ਕਿਸੇ ਕੰਮ 'ਤੇ ਇਫੈਕਟ ਪਾਇਆ, ਤਾਂ ਹੀ ਉੱਠ ਕੇ ਆ ਜਾਣਾ, ਤੰਗ ਕੀਤਾ ਜਾ ਰਿਹਾ। ਅਗਲਾ ਐਂ ਡਰਦਾ ਵਾਲਾ ਕਹਿੰਦਾ ਮੈਂ ਸੰਘਰਸ਼ ਪਾਊਂਗਾ, ਪਤਾ ਨਹੀਂ ਕੀ ਹੋਜੂਗਾ, ਪੁਲਿਸ ਆ ਜਾਏਗੀ। ਇੱਕ ਪੈਨਿਕ ਕਰ ਦਿੱਤਾ, ਬਸ ਗੱਲ ਕੁਛ ਨਹੀਂ, ਸਮਝਣ ਦੀ ਲੋੜ ਹੈ, ਬਸ ਸਮਝੋ, ਪੁਲਿਸ ਨੂੰ ਚਾਹੀਦਾ ਸਮਝੇ, ਸਹੀ ਗੱਲ ਸਮਝੋ, ਕੁਛ ਨਹੀਂ ਹੈਗਾ, ਅਸੀਂ ਸਰਕਾਰ ਦੇ ਨਾਲ ਆ, ਸਭ ਕੁਛ ਕਰਨ ਨੂੰ ਤਿਆਰ ਹਾਂ, ਬਸ ਸਮਝਣ ਦੀ ਲੋੜ ਹੈ, ਬਸ ਸਮਝੋ ਇੱਕ ਦੂਜੇ ਨੂੰ। ਹਾਈਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਗਈ, ਹਾਈਕੋਰਟ ਪਟੀਸ਼ਨ ਦਾਇਰ ਕਰ ਦਿੱਤੀ, ਅਸੀਂ ਪੁਲਿਸ ਤੋਂ ਜਵਾਬ ਮੰਗਿਆ, ਹੁਣ ਪੁਲਿਸ ਜਵਾਬ ਦੇਗੀ ਵੀ ਅੱਗੇ ਕੀ ਕਰਨਾ ਹੈ। ਤਾਂ ਬਿਲਕੁਲ ਹੁਣ ਹਾਈਕੋਰਟ ਤੱਕ ਇਹ ਮਾਮਲਾ ਪਹੁੰਚ ਚੁੱਕਿਆ ਬੁਲਟ ਦਾ। ਇਸ ਤੋਂ ਪਹਿਲਾਂ ਵੀ ਇੱਕ ਵਾਰ ਹਾਈਕੋਰਟ ਦੇ ਵਿੱਚ ਬੁਲਟ ਨੂੰ ਲੈ ਕੇ ਮਾਮਲਾ ਜਾਂਦਾ ਹੈ, ਪਰ ਹੁਣ ਸਿੱਧੇ ਤੌਰ ਦੇ ਉੱਤੇ ਮਕੈਨਿਕਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਹੈ ਅਤੇ ਜਵਾਬ ਮੰਗਿਆ ਗਿਆ ਹੈ ਪੁਲਿਸ ਤੋਂ ਕਿ ਸਾਡਾ ਕੀ ਕਸੂਰ ਹੈ। ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੁਲਟ ਨੂੰ ਲੈ ਕੇ ਕੀ ਅਗਲਾ ਕਦਮ ਜਿਹੜਾ ਹੈ ਹਾਈਕੋਰਟ ਦਾ ਸਾਹਮਣੇ ਆਉਂਦਾ ਹੈ, ਕੀ ਫੈਸਲਾ ਸਾਹਮਣੇ ਆਉਂਦਾ ਹੈ। ਦੂਜੇ ਪਾਸੇ ਜੇ ਅਸੀਂ ਹੁਣ ਦੇ ਸਮੇਂ ਦੇ ਵਿੱਚ ਦੇਖੀਏ ਕਿ ਇੱਕ ਮਾਣ ਨਾਲ ਰੱਖਣ ਵਾਲੀ ਚੀਜ਼ ਜੋ ਕਿ ਹਰ ਕੋਈ ਜਿਹੜਾ ਅੱਜ ਦਾ ਨੌਜਵਾਨ ਆ ਉਸਨੂੰ ਰੱਖਦਾ ਹੈ, ਕਿ ਉਹ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਕੀ ਉਹ ਬੰਦ ਵੀ ਹੋ ਸਕਦਾ ਹੈ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਹੀ ਸਵਾਲ ਇਸ ਨੂੰ ਲੈ ਕੇ ਪੈਦਾ ਹੋ ਰਹੇ ਨੇ। ਵੀਡੀਓ ਜਲਨੀ ਸਲਾਤਾ ਪ੍ਰਸਾਦ ਦੇ ਨਾਲ ਇੰਦਰ ਸਿੱਧੂ, ABP ਸਾਂਝਾ, ਚੰਡੀਗੜ੍ਹ।